ਸ਼੍ਰੀ ਕਾਲ ਜੀ ਕਈ ਲੋਕਾਂ ਦੇ ਬੜੇ ਸਵਾਲ ਨੇ ਕਈ ਲੋਕ ਬੋਲ ਰਹੇ ਆ ਕਿ ਆ ਖਾਸ ਕਰਕੇ ਨੋਦੀਪਾਲਾ ਮੁੱਦਾ ਹਨਾ ਵੀ ਨੋਦੀਪਾਲਾ ਇਸ਼ੂ ਪਹਿਲਾਂ ਕਿਉਂ ਨਹੀਂ ਚੱਕਿਆ ਗਿਆ ਹੁਣ ਮੈਂ ਬੋਲਣਾ ਚਾਹੁੰਦੀ ਆ ਕਿ ਜਦੋਂ ਮੈਂ ਇਸ ਇਸ਼ੂ ਦੇ ਉੱਤੇ ਗੱਲ ਕੀਤੀ ਸੀਗੀ ਉਦੋਂ ਕਿਸੇ ਨੇ ਸੁਣਿਆ ਨਹੀਂ ਉਦੋਂ ਲੋਕ ਹੋਰਾਂ ਚੀਜ਼ਾਂ ਦੇ ਵਿੱਚ ਉਲਝੇ ਹੋਏ ਸੀਗੇ ਠੀਕ ਹੈ ਫਿਰ ਜਦੋਂ ਮੈਂ ਸਟੇਜ ਤੇ ਗਈਆਂ ਮੈਂ ਮੈਂ ਜਾਂਦੀ ਨਹੀਂ ਸਟੇਜ ਤੇ ਮੈਂ ਸਟੇਜ ਤੇ ਪਰਸੋਂ ਗਈਆਂ ਮੈਂ ਪਰਸੋਂ ਜਾ ਕੇ ਉੱਥੇ ਵੀ ਸ਼ੁਰੂ ਇਸ ਕੀਤਾ ਮੈਂ ਆਗੂਆਂ ਨਾਲ ਵੀ ਗੱਲ ਕੀਤੀ ਆਗੂ ਆਗੂਆਂ ਨੇ ਉਸ ਚੀਜ਼ ਦੇ ਉੱਤੇ ਕੀ ਮੈਨੂੰ ਮਨਜੀਤ ਰਾਏ ਜੀ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਸ਼ੋਰਟੀ ਦਿੱਤੀ ਕਿ ਆਪਾਂ ਗੱਲ ਕਰਾਂਗੇ ਅਸਲ ਮੁੱਦਾ ਕੀ ਆ ਕਿ ਨੋਦੀਪ ਨੂੰ ਕਿਸਾਨ ਅੰਦੋਲਨ ਦੇ ਵਿੱਚ ਇਨਵੋਲਵ ਹੋਣ ਕਰਕੇ ਜਿਹੜਾ ਨਹੀਂ ਚੱਕਿਆ ਗਿਆ ਸੀਗਾ ਉਹਨਾਂ ਦਾ ਉਹ ਇੱਕ ਫੈਕਟਰੀ 'ਚ ਕੰਮ ਕਰਦੇ ਸੀਗੇ ਮਜ਼ਦੂਰ ਸੀਗੇ 50 ਮਜ਼ਦੂਰਾਂ ਨੇ ਕਾਫੀ ਦਿਨ ਪਹਿਲਾਂ 50 ਜਾਣਿਆਂ ਨੇ ਧਰਨਾ ਲਾਇਆ ਸੀ ਫੈਕਟਰੀ ਦੇ ਅਗੇਂਸਟ ਉਹ ਸਾਰਿਆਂ ਦੇ ਉੱਤੇ ਐਫ ਆਈ ਆਰ ਸੀ ਪਰ ਉਹ ਅੰਦੋਲਨ ਦੇ ਵਿੱਚ ਸੀ ਉਹਦਾ ਪਰਿਵਾਰ ਅੰਦੋਲਨ ਦੇ ਵਿੱਚ ਸੀ ਜਦੋਂ ਉਹਨੂੰ ਚੱਕਿਆ ਗਿਆ ਜੋ ਚੀਜ਼ ਬਹੁਤ ਜ਼ਿਆਦਾ ਗਲਤ ਸੀ ਤੇ ਇਹ ਗੱਲ ਉਹਨਾਂ ਨਾਲ ਵੀ ਕੀਤੀ ਉਹਨਾਂ ਦੇ ਵਕੀਲ ਆ ਚੀਮਾ ਸਾਹਿਬ ਹੀ ਇਜ਼ ਅ ਵੈਰੀ ਗੁੱਡ ਲਾਇਰ ਉਹ ਟੌਪ ਮੋਸਟ ਲਾਇਰ ਨੇ ਸਾਡੇ ਹਾਈ ਕੋਰਟ ਦੇ ਐਂਡ ਉਹ ਉਹਨਾਂ ਦਾ ਕੇਸ ਡੀਲ ਕਰ ਰਿਹਾ ਇਸ ਸੇਫ ਹੱਥਾਂ ਦੇ ਵਿੱਚ ਆ ਜਲਦੀ ਨੋਦੀਪ ਦੀ ਜ਼ਮਾਨਤ ਵੀ ਹੋ ਜੂਗੀ ਜਿਨ੍ਹਾਂ ਨੇ ਉਹਦੇ ਨਾਲ ਬਦਸਲੂਕੀ ਕੀਤੀ ਜੋ ਗਲਤ ਕੀਤਾ ਉਹਨਾਂ ਨੂੰ ਉਸ ਚੀਜ਼ ਦੀ ਸਜ਼ਾ ਵੀ ਮਿਲੂਗੀ ਉਹ ਦਵਾਈ ਜਾਊਗੀ ਠੀਕ ਹੈ ਫਿਰ ਅ ਅੱਗੋਂ ਗੱਲ ਆਂਦੀ ਆ ਉਹਨੇ ਨਹੀਂ ਇਸ਼ੂ ਚੱਕਿਆ ਹੁਣ ਮੈਂ ਤਾਂ ਮੈਂ ਕਹਿਣਾ ਨਹੀਂ ਚਾਹੁੰਦੀ ਸੀਗੀ ਠੀਕ ਹੈ ਜਿਹਦੇ ਜਿੱਥੇ ਲਿੰਕ ਹੁੰਦੇ ਆ ਬੰਦਾ ਗੱਲ ਕਰਦਾ ਮੇਰੇ ਲਿੰਕ ਕਾਂਗਰਸ ਦੇ ਵਿੱਚ ਹੈਗੇ ਆ ਸੋ ਮੈਂ ਕਾਂਗਰਸ ਵਾਲਿਆਂ ਨਾਲ ਜਿਨ੍ਹਾਂ ਨਾਲ ਗੱਲ ਕਰ ਸਕਦੀ ਸੀ ਕੱਲ ਮੈਂ ਵੀਰਜੀ ਦੇ ਨਾਲ ਜਾ ਕੇ ਮਨੀਸ਼ ਤਵਾੜੀ ਜੀ ਨੂੰ ਮਿਲੀ ਆ ਮੈਂ ਉਹਨਾਂ ਨਾਲ ਗੱਲ ਡਿਸਕਸ ਕੀਤੀ ਆ ਉਹਨਾਂ ਨੂੰ ਮੈਂ ਸਾਰਾ ਇਸ਼ੂ ਭੇਜਿਆ ਉਹਨਾਂ ਨੂੰ ਮੈਂ ਦੱਸਿਆ ਕਿ ਚੀਮਾ ਸਾਹਿਬ ડીਲ ਕਰ ਰਹੇ ਆ ਐਂਡ ਹੀ ਸੈਟ ਕਿ ਬਹੁਤ ਵਧੀਆ ਨੇ ਉਹਨਾਂ ਨੇ ਸਾਰੀ ਡਿਟੇਲ ਮੰਗਾਈ ਆ ਉਹ ਕਹਿੰਦੇ ਕਿ ਉਹਦੇ ਨਾਲ ਕਸਟਡੀ 'ਚ ਜੇ ਇਦਾਂ ਕੁਝ ਹੋਇਆ ਆ ਦੈਨ ਡੈਫੀਨੇਟਲੀ ਵੀ ਮੈਂ ਸਾਰਾ ਗੋ ਥਰੂ ਹੋ ਕੇ ਦੈਨ ਮੈਂ ਉਸ ਚੀਜ਼ ਨੂੰ ਜਿਹੜਾ ਹੈਗਾ ਉਹਦੇ ਵਿੱਚ ਜਾ ਕੇ ਪਾਰਲੀਮੈਂਟ ਦੇ ਵਿੱਚ ਇਸ਼ੂ ਨੂੰ ਰੇਸ ਕਰਾਂ ਕੱਲ ਉਹ ਇੱਥੋਂ ਚਲੇ ਗਏ ਉਹਨਾਂ ਦੇ ਜਾਣ ਤੋਂ ਪਹਿਲਾਂ 9 ਵਜੇ ਉਹਨਾਂ ਨੂੰ ਮੈਂ ਇੱਥੇ ਮਿਲੀ ਆ ਠੀਕ ਆ ਗੱਲ ਇਹ ਨਹੀਂ ਹੁੰਦੀ ਕਿ ਹਰੇਕ ਚੀਜ਼ ਦਾ ਅਸੀਂ ਰੌਲਾ ਪਾ ਪਾ ਕੇ ਦੱਸੀਏ ਕਿ ਅਸੀਂ ਕਰ ਕੀ ਰਹੇ ਆ ਅਸੀਂ ਜਿੱਥੇ ਜੋ ਕਰਨਾ ਸੀ ਆਪਣਾ ਕਰਨਾ ਆ ਉਹ ਸਾਡਾ ਕਰਮ ਆ ਅਸੀਂ ਕੰਮ ਕਰਦੇ ਰਹਿਣਾ ਆ ਕਿਸੇ ਦੇ ਕਹਿਣ ਦੇ ਉੱਤੇ ਅਸੀਂ ਆਪਣਾ ਕਰਮ ਕਰਨਾ ਬੰਦ ਨਹੀਂ ਕਰ ਦੇਣਾ ਅੱਛਾ ਦੂਜੇ ਜਿਹੜੇ ਲੋਕ ਬੋਲਦੇ ਆ ਕਿ ਮੈਂ ਇਹ ਸੋਚਦੀ ਹੂੰਗੀ ਪਤ ਨਹੀਂ ਅੰਦੋਲਨ ਮੇਰੇ ਸਿਰ ਤੇ ਖੜਾ ਨਾ ਤਾਂ ਅੰਦੋਲਨ ਮੇਰੇ ਸਿਰ ਤੇ ਖੜਾ ਆ ਮੇਰੇ ਉੱਤੇ ਹੋਣ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਹਾਂ ਮੇਰੇ ਉੱਤੇ ਹੋਣ ਦੇ ਨਾਲ ਇਨਾਂ ਕਾ ਕਿ ਹੋਰ ਕੁੜੀਆਂ ਨੂੰ ਹੌਸਲਾ ਮਿਲ ਜਾਂਦਾ ਨੇ ਆ ਜਾਂਦੀਆਂ ਨੇ ਦੂਜੀ ਗੱਲ ਨਾ ਉਥੇ ਲੱਖੇ ਦੇ ਹੋਣ ਨਾ ਹੋਣ ਨਾਲ ਫਰਕ ਪੈਂਦਾ ਨਾ ਦੀਪ ਦੇ ਹੋਣ ਨਾਲ ਨਾ ਹੋਣ ਨਾਲ ਫਰਕ ਪੈਂਦਾ ਆ ਨਾ ਜਥੇਬੰਦੀਆਂ ਦੇ ਨਾਲ ਕਿਉਂਕਿ ਅੰਦੋਲਨ ਲੋਕਾਂ ਦਾ ਆ ਲੋਕਾਂ ਕਰਕੇ ਖੜਾ ਦੂਜਾ ਜਿਹੜੇ ਲੋਕ ਮੈਨੂੰ ਬੋਲਦੇ ਆ ਕਿ ਮੈਂ ਦੀਪ ਸਿੱਧੂ ਨੂੰ ਸਪੋਰਟ ਕਰਾਂ ਇਟਸ ਮਾਈ ਪਰਸਨਲ ਚੁਆਇਸ ਕਿ ਮੈਂ ਕਿਹਨੂੰ ਸਪੋਰਟ ਕਰਨਾ ਕਿਹਨੂੰ ਨਹੀਂ ਕਰਨਾ ਮੈਂ ਫਾਰਮ ਲੀਡਰਸ ਦੀਆਂ ਹਰ ਇੱਕ ਗੱਲਾਂ ਦੇ ਨਾਲ ਨਹੀਂ ਸਹਿਮਤ ਹੈਗੀ ਮੈਂ ਕੋਈ ਕਾਮਰੇਡ ਨਹੀਂ ਹੈਗੀ ਬਿਕੋਜ਼ ਮੈਂ ਲਿਬਰਲ ਥੋਟ ਰੱਖਦੀ ਆ ਮੇਰੀ ਆਈਡੀਓਲੋਜੀ ਲਿਬਰਲ ਆ ਮੇਰੀ ਕਾਮਰੇਡ ਆਈਡੀਓਲੋਜੀ ਨਹੀਂ ਨਾ ਮੇਰੀ ਕਟੜ ਜਿਹੜੀ ਅ ਅ ਕਟੜ ਮੈਂ ਹਾਂ ਗੁਰੂ ਨਾਨਕ ਦੇ ਫਲਸਫੇ ਨੂੰ ਮੈਂ ਫਾਲੋ ਕਰਦੀ ਕਰਦੀ ਆ ਪਰ ਮੈਂ ਕਟੜ ਸਿੱਖਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਅੱਜ ਕੱਲ੍ਹ ਚਲਾਇਆ ਹੋਇਆ ਆ ਖਾਲਸਾ ਮੈਂ ਉਹਨੂੰ ਨਹੀਂ ਫਾਲੋ ਕਰਦੀ ਦੂਜੀ ਗੱਲ ਕੀ ਅ ਦੀਪ ਸੇ ਦੂਨੂੰ سپورਟ ਕਰੋ ਲਖੇ ਨੂੰ سپورਟ ਕਰੋ ਫਲਾਣੇ ਨੂੰ سپورਟ ਕਰੋ ਇਟਸ ਮਾਈ ਪਰਸਨਲ ਚੁਆਇਸ ਕਿ ਮੈਂ ਕਿਸੇ ਨੂੰ سپورਟ ਕਰਨਾ ਆ ਜਾਂ ਮੈਂ ਨਹੀਂ ਕਰਨਾ ਇਹ ਮੇਰੀ ਚੁਆਇਸ ਆ ਦੇਖੋ ਲਖੇ ਬਾਈ ਦਾ ਮੈਂ ਉੱਥੇ ਕੁਝ ਮਾੜਾ ਨਹੀਂ ਦੇਖਿਆ ਪਰ ਦੀਪ ਦਾ ਮੇਰਾ ਪਰਸਨਲ ਆ ਮੈਂ ਪਹਿਲਾਂ ਵੀ ਬੋਲਿਆ ਸੀ ਮੈਂ ਅੱਜ ਵੀ ਬੋਲਦੀ ਆ ਆਈ ਡੋਨਟ سپورਟ ਹਿਮ ਮੈਂ ਉਹਨੂੰ ਗਦਾਰਤਾ ਨਹੀਂ ਕਹਿੰਦੀ ਕਿਉਂਕਿ ਕਿਸੇ ਦੇ ਨੂੰ ਗਦਾਰ ਬੋਲ ਦੇਣਾ ਬਹੁਤ ਆ ਪਰ ਉਹ ਗੁਨਾਹਗਰ ਹੈ ਕਿਉਂਕਿ ਲੋਕ ਉਹਦੇ 'ਚ ਭਰੋਸਾ ਕਰਦੇ ਸੀ ਉਹਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ ਗੱਲ ਬਾਰ ਬਾਰ ਇੱਕੋ ਗੱਲ ਆ ਇਹ ਮੇਰੀ ਆਪਣੀ ਸੋਚ ਆ ਕਿ ਪੰਥਕ ਨਿਸ਼ਾਨ ਸਾਹਿਬ ਨੂੰ ਉੱਥੇ ਚਲਾਉਣਾ ਗਲਤ ਨਹੀਂਗਾ ਪਰ ਟਾਈਮ ਸਿਚੁਏਸ਼ਨ ਗਲਤ ਆ ਕਈ ਲੋਕਾਂ ਨੇ ਉੱਥੇ ਜਾ ਕੇ ਬੋਲਿਆ ਕਿ ਮੋਰਚਾ ਫਤਿਹ ਕਿਹੜਾ ਮੋਰਚਾ ਫਤਿਹ ਹੋ ਗਿਆ ਸਾਡਾ ਸਾਡੇ ਲੋਕ ਜੇਲ੍ਹਾਂ ਦੇ ਵਿੱਚ ਰੁਲ ਰਹੇ ਨੇ ਬਿਨਾਂ ਗੱਲ ਤੋਂ ਸਾਡੇ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਆ ਉਹਨਾਂ ਨਾਲ ਕਿੰਨੀ ਕੁੱਟ ਮਾਰਨ ਨਾਜਾਇਜ਼ ਸਾਡੇ 80-80 ਸਾਲ ਦੇ ਬਾਬਿਆਂ ਦੇ ਨਾਲ ਹੋਈ ਆ ਅੰਦਰ 19-19 ਸਾਲ ਦੇ ਮੁੰਡਿਆਂ ਦੇ ਨਾਲ ਹੋਈ ਆ ਠੀਕ ਆ ਉਹਨਾਂ ਦੇ ਨਾਲ ਇੰਨਾ ਗਲਤ ਹੋਇਆ ਅਸੀਂ ਉਹਨਾਂ ਨੂੰ ਬਚਾਉਣਾ ਮੇਰਾ ਜਿੰਨਾ ਕਿ ਫਰਜ਼ ਆ ਜੋ ਮੈਂ ਕੰਮ ਕਰ ਸਕਦੀ ਆ ਮੈਂ ਉਹ ਕੰਮ ਕਰਨਾ ਮੈਂ ਦੂਜੀ ਗੱਲ ਜਿਨ੍ਹਾਂ ਇਹ ਜਿਨ੍ਹਾਂ ਦੀ ਗਲਤ ਸੋਚ ਆ ਪਹਿਲੀ ਗੱਲ ਆ ਕਿ ਆਪਣੇ ਆਪ ਹੀ ਮੈਂ ਤਾਂ ਪੇਜ ਤੋਂ ਬਲੌਕ ਕਰ ਹੀ ਦੇਣੇ ਨੇ ਹਨਾ ਤੇ ਇਹ ਜਿਹੜੇ ਗਲਤ ਨੇ ਹਾਂ ਠੀਕ ਆ ਵੀਰੇ ਤੁਹਾਨੂੰ ਕਿਸੇ ਨੂੰ ਦੀਪ ਰਾਈਟ ਲੱਗ ਸਕਦਾ ਮੈਨੂੰ ਨਹੀਂ ਲੱਗਦਾ ਉਹ ਮੇਰੀ ਸੋਚ ਆ ਨਾ ਯੂ ਗਾਇਸ ਕੈਨੋਟ ਫੋਰਸ ਯੂਅਰ ਥਿੰਕਿੰਗ ਯੂ ਕੈਨੋਟ ਫੋਰਸ ਮੀ ਕਿ ਮੈਂ ਤੁਹਾਡੀ ਸੋਚ ਨੂੰ ਅਪਣਾਵਾਂ ਯੂ ਗਾਇਸ ਕੈਨੋਟ ਇੰਪੋਜ਼ ਯੂਅਰ ਥਿੰਕਿੰਗ ਔਨ ਮੀ ਇਟਸ ਮਾਈ ਆਈਡੀਓਲੋਜੀ ਇਟਸ ਮਾਈ ਥਿੰਕਿੰਗ ਐਂਡ ਇਟਸ ਮਾਈ ਵਿਸ਼ ਕਿ ਮੈਂ ਕਿਨੂ ਸਪੋਰਟ ਕਰਨਾ ਕਿਨੂ ਨਹੀਂ ਕਰਨਾ ਦੂਜੀ ਗੱਲ ਲੋਕਾਂ ਨੇ ਕਿਹਾ ਕਿ ਉਹਦੇ ਬ੍ਰਦਰ ਨੂੰ ਕਾਤੇ ਨੋਟਿਸ ਆਇਆ ਸੀ ਹੁਣ ਜਿਨ੍ਹਾਂ ਦੇ ਕੋਲ ਬਾਈ ਫੰਡ ਆ ਜਾਂ ਪੈਸੇ ਆਏ ਆ ਉਹਨਾਂ ਨੂੰ ਤਾਂ ਆਉਣਾ ਹੀ ਆ ਨੋਟਿਸ ਠੀਕ ਆ ਰਹੀ ਗੱਲ ਹੁਣ ਮੈਨੂੰ ਜਿਹੜੇ ਗੱਲ ਬੋਲਦੇ ਆ ਮੈਨੂੰ ਤਾਂ ਕਈ ਵਾਰ ਮੈਂ ਵੈਸੇ ਇਹ ਆਪਣੇ ਆਪ ਨਾਲ ਮੈਨੂੰ ਆਪਣੇ ਆਪ ਨਾਲ ਕਈ ਵਾਰ ਹੁੰਦਾ ਗਿਲਾ 5 ਮਹੀਨੇ ਹੋ ਗਏ ਆ ਮੈਂ ਆਪਣਾ ਕੰਮ ਨਹੀਂ ਕਰਕੇ ਦੇਖਿਆ ਮੈਂ ਆਪਣਾ ਕੋਈ ਕੇਸ ਹੁੰਦਾ ਮੈਂ ਹੋਰ ਕਿਸੇ ਨੂੰ ਫੜਾ ਦਿੰਨੀ ਆ ਮੇਰੇ ਕਲਾਇੰਟਸ ਵੀ ਵਿਚਾਰੇ ਅਪਸੈਟ ਹੁੰਦੇ ਨੇ ਵੀ ਮੇਰਾ ਕਰੀਅਰ ਆ ਜਿਹੜਾ ਟੋਟਲੀ ਉਸ ਹਿਸਾਬ ਨਾਲ ਤਬਾਹ ਹੋ ਰਿਹਾ ਹੈ ਨਾ ਮੇਰਾ ਵਕਾਲਤ ਵਾਲਾ ਕੰਮ ਵੀ ਨਹੀਂ ਮੈਂ ਚੰਗੀ ਤਰ੍ਹਾਂ ਕਰ ਪਾਰੀ ਕਿਉਂ ਕਿ ਕਿਉਂਕਿ ਮੇਰੇ ਲਈ ਅੰਦੋਲਨ ਜ਼ਰੂਰੀ ਆ ਮੈਂ ਉਧਰ ਆ ਪਰ ਅੱਜ ਲਿਟਰਲੀ ਜਦੋਂ ਮੈਂ ਇਹ ਚੀਜ਼ਾਂ ਸੁਣਦੀ ਆ ਨਾ ਮੇਰਾ ਮਨ ਪਤਾ ਕੀ ਕਰਦਾ ਕਿ ਪਹਿਲੀ ਗੱਲ ਆ ਕਿ ਮੈਂ ਪੇਸ਼ ਦੇ ਉਤੇ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਾਂ ਓਦੋਂ ਬਾਅਦ ਵਿੱਚ ਮੈਂ ਨਾ ਤਾਂ ਉੱਥੇ ਜਾਵਾਂ ਮੈਂ ਆਪਣੇ ਕਰੀਅਰ ਤੇ ਫੋਕਸ ਕਰਾਂ ਮੈਨੂੰ ਕੀ ਲੋੜ ਪਈ ਆ ਕਿਤੇ ਜਾਣ ਦੀ ਕਿਤੇ ਸਿੱਧੀ ਜੀ ਗੱਲ ਆ ਕੰਮ ਕਰਨ ਦੀ ਨਾਲੇ ਮੇਰੇ ਬਿਨਾ ਕਿਹੜਾ ਕਿਸੇ ਦਾ ਗੱਡਾ ਖੜ ਜੂਗਾ ਮੇਰੇ ਬਿਨਾ ਕਿਹੜਾ ਅੰਦੋਲਨ ਚੱਲਣਾ ਨਹੀਂਗਾ ਉਹ ਤਾਂ ਲੋਕਾਂ ਦਾ ਅੰਦੋਲਨ ਆ ਜਿਹੜੇ ਉੱਥੇ ਬੈਠੇ ਆ ਉਹਨਾਂ ਦੇ ਨਾਲ ਚੱਲ ਜਾਣਾ ਮੇਰੇ ਚਾਣ ਨਾਲ ਕੁਝ ਨਹੀਂ ਹੋਣਾ ਮੇਰੇ ਹੋਣ ਨਾਲ ਕੁਝ ਨਹੀਂ ਹੋਣਾ ਫਿਰ ਬੈਟਰ ਆ ਕਿ ਮੈਂ ਆਪਣਾ ਕੰਮ ਕਰਦੀ ਆ ਮੈਨੂੰ ਕੀ ਲੋੜ ਆ ਆ ਬੰਨੇ ਹੱਥ ਠੀਕ ਆ ਮੇਰੀ ਠੀਕ ਆ ਮੇਰੀਆਂ ਭੈਣਾਂ ਜਿਹੜੀਆਂ ਬੈਠੀਆਂ ਨੇ ਬੈਠਣਗੀਆਂ ਮੈਂ ਨਹੀਂ ਜਾਣਦੀ ਕਿਤੇ ਵੀ ਮੈਂ ਤਾਂ ਆਪਣੇ ਘਰੇ ਬੈਠ ਕੇ ਆਪਦਾ ਕੰਮ ਹੀ ਕਰੂੰਗੀ ਮੈਨੂੰ ਨਹੀਂ ਲੋੜ ਹੈਗੀ ਕਿਉਂਕਿ ਮੇਰੇ ਸੱਚੀ ਮੁੱਚੀ ਅੱਜ ਹੱਥ ਜੋੜਦੇ ਨੇ ਕਿਉਂਕਿ ਮੇਰੇ ਲਈ ਮੇਰਾ ਵੀ ਕੰਮ ਆ ਕਿਉਂ ਮੈਂ ਆਪਣਾ ਕੰਮ ਕਰਨਾ ਨਹੀਂ ਮੈਂ ਕਿਸੇ ਨੂੰ ਗਦਾਰ ਕਿਹਾ ਹਾਂ ਹਾਂ ਗੁਨਾਹਗਰ ਹੈ ਮੇਰੀ ਨਿਗਾਹ 'ਚ ਹੈ ਮੇਰੀ ਨਿਗਾਹ 'ਚ ਉਹ ਭਾਜਪਾ ਦਾ ਬੰਦਾ ਹੈ ਉਹ ਰਹੇਗਾ ਜੇ ਤੁਹਾਡੇ ਲੋਕਾਂ ਦੇ ਲਈ ਮੈਂ ਕਾਂਗਰਸ ਦੀਆਂ ਤੋਂ ਭਾਜਪਾ ਦਾ ਹੈਗਾ ਤੇ ਉਹ ਭਾਜਪਾ ਦਾ ਰਹੂਗਾ ਠੀਕ ਰਹੀ ਗੱਲ ਕਾਂਗਰਸ ਦੀ ਮੇਰੇ ਕਾਂਗਰਸ ਦੇ ਨਾਲ ਰਿਲੇਸ਼ਨ ਹੈਗੇ ਨੇ ਮੇਰੇ ਹੈਗੇ ਨੇ ਜਿਹੜੇ ਵੀ ਉੱਥੇ ক্লোਜ਼ ਨੇ ਹਾਂ ਮੈਂ ਉਹਦੀ ਸੈਕਟਰੀ ਵੀ ਰਹੀ ਹਾਂ ਬਰਿੰਦਰ ਬਾਈ ਹੈਗੇ ਨੇ ਮੈਂ ਭਰਾ ਆ ਮੇਰਾ ਗੋਲਟੀ ਮੇਰਾ ਭਰਾ ਆ ਜਿੰਨਿਆਂ ਨੂੰ ਵੀ ਜਾਣਦੀ ਆ ਮੈਂ ਜਾਣਦੀ ਆ ਜਿਨ੍ਹਾਂ ਤੋਂ ਮੈਂ ਕੰਮ ਕਰਾ ਸਕਦੀ ਆ ਮੈਂ ਕਰਾਉਣੀ ਆ ਮੈਂ ਕਰਾਉਂਗੀ ਅੱਗੋਂ ਵੀ ਕਰਾਉਂਦੀ ਰਹੂੰਗੀ ਉਹ ਮੈਂ ਕਿਸੇ ਤੋਂ ਪੁੱਛ ਕੇ ਨਹੀਂ ਕਰਾਉਣਾ ਠੀਕ ਆ ਬਾਕੀ ਜਿਨ੍ਹਾਂ ਨੇ ਬਕਵਾਸ ਕਰਨੀਆਂ ਹੱਥ ਬੰਨੇ ਆ ਮੇਰੇ ਪੇਜ ਤੇ ਨਾ ਆਇਆ ਕਰੋ ਜੇ ਤੁਹਾਡੇ ਅੰਦਰ ਮਾੜੀ ਮੋਟੀ ਵੀ ਹੈਗੀ ਆ ਆਦੀਪ ਸਿੱਧੂ ਮੈਂ ਦੀਪ ਸਿੱਧੂ ਨੂੰ ਸਪੋਰਟ ਨਹੀਂ ਕਰਦੀ ਮੈਂ ਕਿਸ ਕੋ ਲੜੂਗੀ ਉਹਦਾ ਆਈ ਡੋਂਟ ਸਪੋਰਟ ਹਿਮ ਜੋ ਕਿਸ ਕਹਿੰਦੇ ਆ ਕਿ ਇਨਸਾਨ ਕਰਦਾ ਆ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਵੀ ਮਿਲਦੀ ਆ ਫਲ ਵੀ ਮਿਲਦਾ ਉਹ ਚੰਗਾ ਹੋਊਗਾ ਉਹਨੂੰ ਫਲ ਵੀ ਮਿਲ ਜੂਗਾ ਜਿਉ ਮਾੜਾ ਹੋਊਗਾ ਉਹਨੂੰ ਸਜ਼ਾ ਮਿਲ ਜੂ ਮੈਂ ਮਾੜੀ ਹੂੰਗੀ ਮੈਨੂੰ ਸਜ਼ਾ ਮਿਲ ਜੂਗੀ ਮੈਂ ਚੰਗੀ ਹੂੰਗੀ ਮੈਨੂੰ ਮੇਰਾ ਫਲ ਮਿਲ ਜੂਗਾ ਮੇਰਾ ਕਿਸੇ ਨਾਲ ਕੋਈ ਨਹੀਂ ਗਿਆ ਇਹ ਮੇਰੀ ਆਪਣੀ ਭਰਾਵਾ ਤੂੰ ਨਾ ਸੁਣ ਜਿਹੜਾ ਕਹਿੰਦਾ ਬੱਸ ਕਰ ਤੂੰ ਨਾ ਸੁਣ ਤੈਨੂੰ ਸੁਣਨ ਲਈ ਕਿਹਾ ਕਿਨੇ ਆ ਮੈਂ ਆਪਣੇ ਪੇਜ ਤੋਂ ਲਾਈਵ ਬੋਲ ਰਹੀ ਆ ਠੀਕ ਆ ਮੇਰਾ ਪੇਜ ਆ ਮੈਂ ਆਪਣੇ ਪੇਜ ਤੋਂ ਗੱਲ ਕਰਨੀ ਆ ਯੂ ਗਾਇਸ ਕੈਨੋਟ ਸਟਾਪ ਮੀ ਬਿਕੋਜ਼ ਇਟਸ ਮਾਈ ਥਿੰਕਿੰਗ ਇਟਸ ਮਾਈ ਪੇਜ ਇਹ ਪੇਜ ਮੇਰਾ ਆ ਮੈਂ ਆਪਣੀ ਆਈਡੀਓਲੋਜੀ ਆਪਣੇ ਵਿਚਾਰਾਂ ਨੂੰ ਮੇਰਾ ਫੰਡਮੈਂਟਲ ਰਾਈਟ ਆਪਣੇ ਫੰਡਮੈਂਟਲ ਰਾਈਟ ਨੂੰ ਅਸੈਸ ਕਰਨ ਦੀ ਖਾਤਰ ਇਹ ਪੇਜ ਬਣਾਇਆ ਹੋਇਆ ਮੈਂ ਤੋ ਜੇ ਕਿਸੇ ਨੂੰ ਦਿੱਕਤ ਆ ਨਾ ਕਰੋ ਬਾਈ ਤੁਸੀਂ ਦੇਖੋ ਹੀ ਨਾ ਤੁਹਾਨੂੰ ਦੇਖਣ ਨੂੰ ਕਹਿੰਦਾ ਕੌਣ ਜੇ ਮੇਰੀ ਮਜਬੂਰੀ ਨਾ ਹੋਵੇ ਕਿ ਮੈਂ ਆਪਣਾ ਬਚਪਨ ਬਚਾਓ ਚਲਾਉਣੀ ਆ ਜਾਂ ਕੋਈ ਇਸ਼ੂਜ਼ ਰੇਜ਼ ਕਰਨੇ ਹੋਣ ਮੈਂ ਫੇਸਬੁੱਕ ਕਦੋਂ ਦੀ ਬੰਦ ਕਰ ਗਈ ਹੁੰਦੀ ਇਹਦੇ ਤੇ ਇੰਨਾ ਕ ਗੰਦ ਪੈ ਚੁੱਕਿਆ ਆ ਇੰਨਾ ਕ ਗੰਦ ਪੈ ਚੁੱਕਿਆ ਆ ਔਰ ਕੁੜੀਆਂ ਨੂੰ ਤਾਂ ਹਮੇਸ਼ਾ ਸਿਸਟਮ ਖਿਲਾਫ ਤਾਂ ਲੜਨਾ ਹੀ ਹੁੰਦਾ ਉਹਨੂੰ ਦੂਰੀ ਲੜਾਈਆਂ ਲੜਨੀਆਂ ਪੈਂਦੀਆਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਆ ਜਿਨ੍ਹਾਂ ਨੇ ਜਿਹਨੂੰ ਜ਼ਿੰਦਾਬਾਦ ਕਰਨਾ ਦੇਖੋ ਮੇਰੀ ਸੋਚ ਆ ਮੇਰਾ ਮੇਰੀ ਸਾਰੇ ਕਿਸਾਨ ਆਗੂਆਂ ਨਾਲ ਸੋਚ ਨਹੀਂ ਮਿਲਦੀ ਬਟ ਸਟਿਲ ਮੈਂ ਸੰਯੁਕਤ ਮੋਰਚੇ ਨੂੰ ਸਪੋਰਟ ਕਰਦੀ ਆ ਰੀਜ਼ਨ ਆ ਮੇਰਾ ਕਿਉਂ ਕਰਦੀ ਆ ਮੈਂ ਸਪੋਰਟ ਕਿਉਂਕਿ ਸੰਯੁਕਤ ਮੋਰਚੇ ਦੇ ਹੀ ਆਗੂ ਨੇ ਜਿਨ੍ਹਾਂ ਨੇ ਅੱਗੇ ਜਾ ਕੇ ਸਰਕਾਰ ਦੇ ਨਾਲ ਗੱਲ ਕਰਨੀਆਂ ਜਾਂ ਮੈਕਸਿਮਮ ਲੋਕ ਜਥੇਬੰਦੀਆਂ ਕਰਕੇ ਨੇ ਮੈਕਸਿਮਮ ਲੋਕ ਸੋ ਬਹੁਤ سارے ਇਸ਼ੂਜ਼ ਨੇ ਸੋ ਇਹਨਾਂ ਨੂੰ ਹਰੇਕ ਦੀ ਆਪਣੀ ਸੋਚ ਆ ਤੁਸੀਂ ਆਪਣੀ ਆਈਡੀਓਲੋਜੀ ਫਾਲੋ ਕਰੋ ਮੈਨੂੰ ਮੇਰੀ ਆਈਡੀਓਲੋਜੀ ਫਾਲੋ ਕਰਨ ਦਿਓ ਮੇਰੇ ਨਾਲ ਜਿਹਦੀ ਦੁਸ਼ਮਣੀਆਂ ਤੁਸੀਂ ਮੇਰੇ ਕਰ ਲੋ ਜੋ ਕਰਨਾ ਆ ਠੀਕ ਆ ਕਦੇ ਗਲਤ ਗਾਲਾਂ ਕੱਢਦੇ ਹਾਂ ਕਦੇ ਕੁਝ ਬੋਲਦੇ ਹਾਂ ਛਾ ਤੁਹਾਡੇ ਮਾਪਿਆਂ ਨੂੰ ਫਰਕ ਨਹੀਂ ਪੈਂਦਾ ਮੇਰੇ ਮਾਪਿਆਂ ਨੂੰ ਫਰਕ ਪੈਂਦਾ ਅੱਛਾ ਇੱਕ ਆ ਬੀਬੀ ਸੀ ਜੀ ਮੈਂ ਉਹ ਬਲੌਕ ਮਾਰਤੀ ਆ ਪਤਾ ਨਹੀਂ ਕਦੇ ਡੈਡੀ ਉਹਨਾਂ ਨੂੰ ਮਿਲੀ ਆ ਕਦੇ ਨਹੀਂ ਮਿਲੀ ਮੈਨੂੰ ਬੜਾਉਂਦੀ ਆ ਕਿ ਮੈਂ ਆਪਣੇ ਮਾਪਿਆਂ ਦੀ ਸੋਚ ਤੇ ਨਹੀਂ ਚੱਲਦੀ ਮੇਰੇ ਮਾਪਿਆਂ ਨੇ ਮੈਨੂੰ ਇਨਸਾਨੀਅਤ ਲਈ ਲੜਨਾ ਸਿਖਾਇਆ ਮੇਰੇ ਮਾਪਿਆਂ ਨੇ ਮੈਨੂੰ ਹੱਕ ਸੱਚ ਦੀ ਲੜਾਈ ਲੜਨ ਲਈ ਬੋਲਿਆ ਆ ਮੇਰੇ ਮਾਪਿਆਂ ਨੇ ਕਦੇ ਮੈਨੂੰ ਕੱਟੜਤਾ ਨਹੀਂ ਸਿਖਾਈ ਨਾ ਮੇਰੇ 'ਚ ਕੱਟੜਤਾ ਆ ਠੀਕ ਹੈ ਜੀ ਤੇ ਰਹੀ ਗੱਲ ਅੱਛਾ ਪਰ ਆਵਾ ਜਦ ਮੈਨੂੰ ਉਹ ਸਹੀ ਨਹੀਂ ਲੱਗਦੇ ਮੈਂ ਅੱਛਾ ਫਿਰ ਬਾਰ-ਬਾਰ ਕਈ ਲੋਕ ਪੁੱਛਦੇ ਆ ਕਿ ਤੁਸੀਂ ਸਹੀ ਦਾ ਸਾਥ ਦਿੰਦੇ ਹੋ ਤੁਸੀਂ ਦੀਪ ਦੇ ਲਖੇ ਬਾਰੇ ਕਿਉਂ ਨਹੀਂ ਬੋਲਦੇ ਦੇਖੋ ਲਖੇ ਬਾਰੇ ਆਈ ਐਮ ਨਾਟ ਕਲੀਅਰ ਮੈਨੂੰ ਸਿਰਫ ਇਨਾ ਪਤਾ ਹੈ ਕਿ ਉਦੋਂ ਲਖਾ ਸਟੇਟ ਤੇ ਭੀੜ ਨੂੰ ਰੋਕ ਸਕਦਾ ਸੀ ਉਹਨੇ ਨਹੀਂ ਰੋਕਿਆ ਬਾਕੀ ਮੈਨੂੰ ਉਹਦੇ ਬਾਰੇ ਸੱਚ ਨਹੀਂ ਪਤਾ ਦੂਜੀ ਗੱਲ ਦੀਪ ਬਾਰੇ ਮੈਂ ਪਹਿਲਾਂ ਹੀ ਗੱਲ ਕਲੀਅਰ ਕਰ ਚੁੱਕੀ ਸੀ ਕਿ ਉਹ ਹੈ ਉਹਨਾਂ ਨਾਲ ਐਸੋਸੀਏਟਰ ਕਿਉਂਕਿ ਉਹਦੀਆਂ ਗੱਲਾਂ ਤੋਂ ਲੱਗਦਾ ਆ ਮੈਂ ਨਾਲ ਰਹੀ ਆ ਮੈਂ ਨਾਲ ਵੀ ਦੇਖਿਆ ਵੀ ਉਹਦਾ ਪੋਲੀਟੀਕਲ ਜੋ ਵੀ ਜੋ ਵੀ ਚੀਜ਼ਾਂ ਨੇ ਮੈਨੂੰ ਨਹੀਂ ਸਹੀ ਲੱਗਦਾ ਮੈਂ ਨਹੀਂ ਸਪੋਰਟ ਕਰਨਾ ਉਹ ਮੇਰੀ ਮਰਜ਼ੀ ਆ ਸਿੱਧੀ ਜੀ ਗੱਲ ਆ ਤੇ ਰਹੀ ਗੱਲ ਅ ਜਥੇਬੰਦੀਆਂ ਦੇ ਵਿੱਚ ਸਾਰੇ ਆਗੂਆਂ ਨਾਲ ਮੈਂ ਸਹਿਮਤ ਨਹੀਂ ਹੈਗੀ ਪਰ ਕਿਉਂਕਿ ਸੰਜੁਗਤ ਮੋਰਚੇ ਇਸ ਸੀਸ ਨੂੰ ਡੀਲ ਕਰਦਾ ਹੈ ਸੰਜੁਗਤ ਮੋਰਚੇ ਦੀ ਲੜਾਈ ਆ ਸਾਡੇ ਵਰਗੇ ਸਿਰਫ ਉਹਦੇ ਵਿੱਚ ਇੱਕ ਉਹ ਕਹਿ ਲਓ ਕਿ ਇੱਕ 치ੜੀ ਬਰਾਬਰ ਆ ਜਿਹੜੀ ਚੁੰਝ ਦੇ ਵਿੱਚ ਪਾਣੀ ਭਰ ਕੇ ਲਿਆਉਂਦੀ ਆ ਵੀ ਸ਼ਾਇਦ ਮੇਰੀ ਉਹਦੇ ਨਾਲ ਅੱਗ ਬੁਝ ਜੇ ਮੈਂ ਉਸ ਬਰਾਬਰ ਆ ਤੇ ਮੈਂ ਉਹਨਾਂ ਕੀ ਜਿੰਨਾ ਕਹੇਗਾ ਉਸ ਚੀਜ਼ ਨੂੰ ਸਪੋਰਟ ਕਰਦੀ ਆ ਜਿੰਨਾ ਕਿ ਅਸੀਂ ਮਿਸਿੰਗ ਫਾਰਮਰਸ ਲਈ ਕੰਮ ਕਰਨਾ ਹੈ ਅਸੀਂ ਕਰਦੇ ਰਵਾਂਗੇ ਠੀਕ ਆ ਜਿਹੜੇ ਲੋਕਾਂ ਨੂੰ ਦਿੱਕਤ ਆ ਦਿੱਕਤ ਰਹੇ ਔਰ ਯੂ ਗਾਇਸ ਕੈਨੋਟ ਫੋਰਸ ਮੀ ਟੂ ਸਪੋਰਟ ਐਨੀ ਵਨ ਇਟਸ ਮਾਈ ਚੋਇਸ ਇਟਸ ਮਾਈ ਫੰਡਮੈਂਟਲ ਰਾਈਟ ਜੈਸੀ ਫੰਡਮੈਂਟਲ ਰਾਈਟ ਦੀ ਗੱਲ ਕਰਦੇ ਆ ਤਾਂ ਇਹ ਮੇਰੀ ਆਪਣੀ ਸੋਚ ਆ ਇਹ ਮੇਰੀ ਆਪਣੀ ਮਰਜ਼ੀ ਆ ਕਿ ਮੈਂ ਕਿਹਨੂੰ ਸਪੋਰਟ ਕਰਨਾ ਕਿਹਨੂੰ ਨਹੀਂ ਕਰਨਾ ਸੋ ਜੀਨੇ ਜੋ ਬੋਲਣਾ ਆ ਬੋਲੀ ਜਾਓ ਠੀਕ ਆ ਜਿਹੜਾ ਸਹੀ ਆ ਉਦਾਸਾਤ ਦਿੱਤਾ ਜਾਊਗਾ ਐਂ ਤਾਂ ਮੈਂ ਬੋਲਦਾ ਕਿ ਮੈਂ ਲੱਖੇਬਾਈ ਦੇ ਹੱਕ ਚ ਬੋਲਦੀ ਪਚ ਬਿਨਾ ਗੱਲ ਤੋਂ 55 ਦਿਨ ਜੇਲ੍ਹ ਦੇ ਵਿੱਚ ਲਾਇ ਤੇ ਲੱਖਾਬਾਈ ਮੇਰੇ ਬਾਰੇ ਨਹੀਂ ਬੋਲਿਆ ਉਹ ਵੀ ਤਾਂ ਮੇਰੇ ਸਪੋਰਟ ਕਰ ਸਕਦਾ ਸੀ ਵੀ ਕੁੜੀ ਮੇਰੀ ਸਪੋਰਟ ਦੇ ਵਿੱਚ ਗਈ ਆ ਉਹ ਵੀ ਤਾਂ ਮੇਰੇ ਲਈ ਬੋਲ ਸਕਦਾ ਸੀ ਠੀਕ ਆ ਸੋ ਮੈਂ ਇਸ ਬਾਰੇ ਅਨਾ ਤਾਂ ਕੋਈ ਗੱਲ ਕਰਨੀ ਆ ਨਾ ਕਿਉਂਕਿ ਜਿਸ ਚੀਜ਼ ਬਾਰੇ ਮੈਨੂੰ ਕਲੀਅਰ ਹੀ ਨਹੀਂ ਵੀ ਹੂ ਇਜ਼ ਰਾਈਟ ਹੂ ਇਜ਼ ਰੋਂਗ ਆਈ ਮੈਂ ਕਿਸੇ ਤੇ ਕੋਈ ਕਮੈਂਟ ਨਹੀਂ ਕੀਤਾ ਉਸ ਚੀਜ਼ ਤੇ ਪਰ ਮੈਨੂੰ ਇਹਨਾਂ ਪਤਾ ਕਿ ਸੰਯੁਕਤ ਮੋਰਚੇ ਦੀ ਲੜਾਈ ਆ ਏ ਤੇ ਸੰਯੁਕਤ ਮੋਰਚੇ ਦੇ ਕਿਸਾਨ ਨੇ ਜਿਨ੍ਹਾਂ ਦੇ ਪਿੱਛੇ ਇਹਨੇ ਲੋਕ ਆਏ ਹੋਏ ਨੇ ਬਹੁਤ ਨੌਜਵਾਨ ਸ਼ਾਇਦ ਕਿਸੇ ਕਰਕੇ ਵੀ ਗਏ ਹੁਣ ਪਰ ਜਿਹੜੇ ਬਜ਼ੁਰਗ ਨੇ ਉਹ ਸਿਰਫ ਤੇ ਸਿਰਫ ਆਪਦੀ ਆਪਦੀਆਂ ਜਥੇਬੰਦੀਆਂ ਕਰਕੇ ਗਏ ਹੋਏ ਨੇ ਜਥੇਬੰਦੀਆਂ ਦੇ ਹੁਕਮ ਆ ਕਿ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਬੰਦਾ ਜਾਊਗਾ ਇਹ ਜਥੇਬੰਦੀਆਂ ਕਰਕੇ ਗਏ ਇਸ ਕਰਕੇ ਸੀ ਉਹਨਾਂ ਨੂੰ ਸਪੋਰਟ ਕਰਦੇ ਮੈਂ ਕਰਦੀ ਰਹੂੰਗੀ ਸੋ ਮੇਰੀ ਮਰਜ਼ੀ ਆ ਠੀਕ ਹੈ ਤੇ ਰਹੀ ਗੱਲ ਜਿਨੇ ਮੈਂ ਮੈਂ ਤਾਂ ਭਰਾਵਾ ਤੁਹਾਡੇ ਤੋਂ ਕਿਸੇ ਤੋਂ سپورਟ ਨਹੀਂ ਮੰਗੀ ਮੇਰੀ ਤਾਂ ਨਾ ਹੀ ਕਰੋ ਮੈਨੂੰ ਤਾਂ ਨਹੀਂ ਲੋੜ ਹੈਗੀ ਆਈ ਰੀਅਲੀ ਡੋਨਟ ਨੀਡ ਕਿ ਮੈਨੂੰ ਕੋਈ سپورਟ ਕਰੇ ਮੈਨੂੰ ਲੋੜ ਹੀ ਨਹੀਂ ਕਿਸੇ ਦੀ سپورਟ ਦੀ ਮੈਨੂੰ ਤਾਂ ਚਾਹੀਦੀ ਨਹੀਂ ਮੇਰੇ ਨੂੰ ਕਾਦੀ سپورਟ ਕਰਨੀਆਂ ਮੇਰੀ ਕੋਈ ਲੜਾਈ ਆ ਨੋ ਆਈ ਐਮ ਜਸਟ ਅ سپورਟਰ ਮੈਂ ਉਥੇ ਇੱਕ سپورਟ ਕਰਦੀ ਆ ਜਿੰਨਾ ਕਿ ਮੈਂ ਕੰਮ ਕਰ ਸਕਦੀ ਆ ਮੈਂ ਕੰਮ ਕਰੂੰਗੀ ਠੀਕ ਆ ਮੈਂ ਅੱਗੋਂ ਵੀ ਕਰਦੀ ਰਹੂੰਗੀ ਜਿੰਨਾ ਮੈਂ ਕੰਮ ਕਰਨਾ ਆ ਸੋ ਜਿਨ੍ਹਾਂ ਨੂੰ ਜੋ ਗਲਤ ਲੱਗਦਾ ਗਲਤ ਕਹੋ ਜਿਹਨੂੰ ਸਹੀ ਲੱਗਦਾ ਸਹੀ ਕਰੋ ਆਮ ਨਾਟ ਅਨਸਰਬਲ ਪਹਿਲੀ ਗੱਲ ਕਿ ਜਿਹੜੇ ਬਕਵਾਸ ਸਵਾਲ ਪੁੱਛਦੇ ਆ ਮੈਂ ਨਾਤਾ ਉਹਨਾਂ ਲੋਕਾਂ ਤੋਂ ਤਨਖਾਹ ਲੈਨੀ ਆ ਨਾ ਮੈਂ ਉਹਨਾਂ ਦੀ ਚੁਣੀ ਹੋਈ ਨੁਮਾਇੰਦਾ ਆ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦੀ ਆ ਮੈਂ ਆਪਣੀ ਸੋਚ ਨਾਲ ਕੰਮ ਕਰਦੀ ਆ ਮੈਂ ਕਿਸੇ ਦੀ ਗੁਲਾਮ ਨਹੀਂ ਹੈਗੀ ਸੋ ਮੇਰੀ ਮਰਜ਼ੀ ਜੋ ਮੇਰਾ ਦਿਲ ਕਰੂਗਾ ਮੈਂ ਉਹ ਕਰੂੰਗੀ ਕਿਉਂਕਿ ਮੇਰੀ ਸੋਚ ਹੈ ਮੇਰਾ ਕੰਮ ਆ ਕਿਸੇ ਨੇ ਮੈਨੂੰ ਸਪੋਰਟ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਯਾਰ ਮੈਂ ਸਪੋਰਟ ਲੈ ਕੇ ਕਰਨਾ ਕੀ ਆ ਮੈਂ ਕੋਈ ਇਲੈਕਸ਼ਨ ਲੜਨੀ ਆ ਜਿਹੜੀ ਮੈਂ ਤੁਹਾਡੀ ਸਪੋਰਟ ਲੈਣੀ ਆ ਨਹੀਂ ਮੈਂ ਤੁਹਾਡੇ ਤੋਂ ਪੈਸੇ ਲੈਣੀਆਂ ਨਹੀਂ ਮੈਂ ਤੁਹਾਡੇ ਤੋਂ ਤਨਖਾਹ ਲੈਣੀਆਂ ਨਹੀਂ ਮੈਂ ਜੋ ਕੰਮ ਕਰਨਾ ਆਪਡੇਲੀ ਕਰਨਾ ਆਪਦੀ ਸੋਚ ਅਕੋਰਡਿੰਗ ਕਰਨਾ ਆਪਦੀ ਸੋਚ ਆਪਦੀ ਰੂਹ ਨੂੰ ਖੁਸ਼ ਕਰਨ ਲਈ ਕਰਨਾ ਸੋ ਆਈ ਡੋਨਟ ਕੇਅਰ ਅਬਾਊਟ ਐਨੀਵਨ ਠੀਕ ਆ ਜਿਨੇ ਬਕਵਾਸ ਕਰਨੀਆਂ ਕਰੀ ਚਲੋ ਐਂਡ ਮੇਰੀ ਮਰਜ਼ੀ ਮੈਂ ਸਪੋਰਟ ਕਰਾਂ ਨਾ ਕਰਾਂ ਮੈਂ ਸੰਯੁਕਤ ਮੋਰਚੇ ਨੂੰ ਸਪੋਰਟ ਕਰਦੀ ਆਈ ਵਿਲ ਸਪੋਰਟ ਸੰਯੁਕਤ ਮੋਰਚਾ ਓਨਲੀ ਦੈਟਸ ਇਟ